ਇਹ ਅੱਖ ਕਾਸ਼ ਦੁਜਾ ਰਾਤ ਦੇਉ ਨੀਂਦ ਰੇ ਨੇ ਮਾਰਿਆ ਸ਼ੀਸ਼ੇ ਉਤਰੇ ਡ ਪੈ ਗਈ ਮੈਨੂੰ ਅੰਦਰੋਂ ਹੀ Song ਦੇ ਵਿੱਚ ਇੱਕ ਫੀਲ ਆ ਰਹੀ ਹੁੰਦੀ ਹੈ ਤੇ ਆਪਣੇ ਆਪ ਆਈਸ ਕਲੋਜ਼ ਹੋ ਜਾਂਦੀਆਂ ਨੇ ਤੇ ਮੈਂ Song ਦੇ ਵਿੱਚ ਹੀ ਖੁਬ ਜਾਨੀ ਆ ਜਿਵੇਂ ਸਾਊਥ ਤੋਂ ਤੁਸੀਂ ਗੀਤ ਸਿੱਖਿਆ ਸਾਊਥ ਵਾਲੇ ਗਾ ਵੀ ਲੈਣ ਚੂਪੇ ਬੰਗਾਰ ਮਾਇਨੇ ਸ੍ਰੀ ਵल्ली ਆਟੇ ਬਾਣੀ ਕੇ ਮਾਇਲੇ ਪੰਜਾਬ ਦੇ ਗਾਇਕ ਪਹਿਲਾਂ ਗਾਉਂਦੇ ਨੇ ਫਿਰ ਪੰਜਾਬੀ ਫਿਲਮਾਂ 'ਚ ਆਉਂਦੇ ਨੇ ਤੁਸੀਂ ਬੜਾ ਵੱਡਾ ਪਲਾਨ ਬਣਾਇਆ ਸਿੱਧਾ ਸਾਊਥ 'ਚ ਜਾਓਗੇ ਸ਼੍ਰੀਵल्ली ਕੀ ਸਾਊਥ ਇੰਡੀਆ 'ਚ ਮੈਨੂੰ ਕੀ ਇਦਾਂ ਲੱਗਦਾ ਕਿ ਜਿੰਨੇ ਕੋਈ ਰਿਲੇਸ਼ਨ ਹੁੰਦਾ ਇਹ ਕੀ ਕਰੇ ਤਾਂ ਕੋਈ ਨਹੀਂ ਗਾਉਂਦਾ ਇਦਾਂ ਦੇ ਪਿੱਛੇ ਪਹਿਲਾਂ ਕੋਈ ਗਾਉਂਦਾ ਸੀਗਾ ਕਣੇ ਕੰਡਾਲੇ ਰਸਤੇ ਨੇ ਕਾਵਿਨ ਪੂਵੇ ਕੰਡਾਲਾ

ਸੋ ਇੱਕ ਉਡੀ ਉਮਰ ਚ ਛੋਟੀ ਆ ਕਈ ਆਪਾਂ ਦੇਖਦੇ ਅੱਜਕੱਲ ਸਿੰਗਰ ਇੱਕੋ ਹੀ ਜ਼ੋਨ ਚ ਗਾ ਰਹੇ ਆ ਉਹਨਾਂ ਦਾ ਪਸੰਦੀਦਾ ਜ਼ੋਨ ਆ ਪੱਠੀ ਵਾਲੀਏ ਹੋ ਪੱਠੀ ਵਾਲੀਏ ਚੰਬੇ ਦੀਏ ਡਾਲੀਏ ਪੀੜਾਂ ਦਾ ਪਰਾਗਾ ਪੁੰਦੇ ਤੈਨੂੰ ਦੇ ਆ ਹੰਝੂਆਂ ਦਾ ਪਾੜਾ ਦਾ ਪਰਾਗਾ ਪੁੰਦੇ ਛੇਤੀ ਛੇਤੀ ਕਰੀਂ ਮਤ ਜਾਣਾ ਪੜੀ ਦੂਰਨੀ ਛੇਤੀ ਛੇਤੀ ਕਰੀਂ ਮਤ ਜਾਣਾ ਪੜੀ ਦੂਰਨੀ ਜਿੱਥੇ ਮੇਰੇ ਹਾਨੀਆਂ ਦਾ ਟੁਰਗੇ ਅਪੂਰਨੀ ਜਿੱਥੇ ਮੇਰੇ ਹਾਨੀ ਉਸ ਪਿੰਡ ਦਾ ਹੋ ਉਸ ਪਿੰਡ ਦਾ ਸੁਣੀਦਾ ਦਾ ਮਾੜਾ ਦੁੱਖਾਂ ਦਾ ਫਰਾਗਾ ਇਹ ਇਹ ਦੱਸ ਕਰਦੀ ਆ ਵੀ ਕਿ ਚੇਕ ਕੋਦੇ ਵੀ ਹੰਕ ਬਾਬਾ ਜੀ ਮਤਲਬ ਹੰਕਾਰ ਆਵੇ ਤਾਂ ਤੁਸੀਂ ਉਦੋਂ ਹੀ ਉਹਨੂੰ ਮਤਲਬ ਖਤਮ ਕਰ ਦਿਓ ਕੋ ਜਿਕੇ ਹਾ ਤਾਂ ਹਨੇਰਾ ਜਰੇਗਾ ਕਿਵੇਂ ਉਪਰੇ ਹਾਤਾ ਸ਼ਮਾਦਾਨ ਕੀ ਕੈਨ ਗੀਤ ਦੀ ਮਾਤ ਇਸਰਾ ਤੁਝੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸੈਨ ਗ ਜੋ ਵਿਦੇਸ਼ਾਂ ਚਿਰਲ ਦੇਨੇ ਰੋਜੀ ਨਹੀਂ ਉਹ ਜਦੋਂ ਦੇਸ਼ ਪਰ ਤਣ ਕੇ ਆਪਣੇ ਕਦੀ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰ ਤੰਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਇੱਕ ਆਪਣਾ ਵੱਖਰਾ ਸਟਾਈਲ ਡਵੈਲਪ ਕਰਨਾ ਚਾਹੀਦੀ ਹੈ ਇੰਡਸਟਰੀ ਵਿੱਚ ਬਲਕਿ ਜਿੱਥੇ ਤੱਕ ਮੈਂ ਜਾ ਸਕਦੀ ਹਾਂ ਤੱਕ ਜਾਣਾ ਚਾਹੀਦਾ ਜੇ ਸਿੰਗਰ ਬਣ ਗਿਆ ਐਕਟਰ ਵੀ ਆਪਣਾ ਬਣ ਜਾਊਗਾ ਹਾਂਜੀ ਸਾਰਾ ਕੁਝ ਕਰ ਲਵਾਂਗੀ ਸੱਛਿਆਕਾਲ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਆ ਕਰਨ ਫਤਿਹਗੜ ਸਾਹਿਬ ਨੇ ਪੰਜਾਬ ਨੂੰ ਬਹੁਤ ਵੱਡੇ ਫਨਕਾਰ ਦਿੱਤੇ ਪੰਜਾਬ ਖਾਸ ਕਰ ਇੱਕ ਕੁੜੀ ਦੀ ਆਵਾਜ਼ ਦੀ ਭਾਲ ਵਿੱਚ ਹੈ ਕਿਉਂਕਿ ਸੁਰਿੰਦਰ ਕੋਰ ਹੋਣਾ ਦੇ ਰੁਕਸਤ ਹੋਣ ਤੋਂ ਬਾਅਦ ਉਹ ਥਾਂ ਹਜੇ ਵੀ ਪੰਜਾਬ ਦੇ ਵਿੱਚ ਖਾਲੀ ਤੇ ਸਾਡੇ ਨਾਲ ਨੇ ਹਰਲੀਨ ਮੈਂ ਪਹਿਲਾਂ ਇੰਟਰਵਿਊ ਤੋਂ ਕਹਿ ਦਵਾ ਕਿ ਗਾਉਂਦੇ ਬਹੁਤ ਸੋਹਣਾ ਨੇ ਤੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਬਣਾਉਣਗੇ ਸ਼ੁਭ ਕਾਮਨਾ ਦਿੰਦਾ ਹੋਇਆ ਇਸ ਇੰਟਰਵਿਊ ਦੀ ਸ਼ੁਰੂਆਤ ਹਰਲੀਨ ਸਤਿ ਸ਼੍ਰੀ ਅਕਾਲ ਸਤਿ ਸ਼ਕਲ ਜੀ ਹਰਲੀਨ ਪਹਿਲਾਂ ਗੀਤ ਸੁਣਦੇ ਆਂ ਫਿਰ ਗੱਲਾਂ ਬਾਤਾਂ ਹਾਂਜੀ आपकी नजरों ने समझा प्यार के काबिल मुझे आपकी नजरों ने समझा प्यार के काबिल मुझे दिल की है, धड़कन ठहर जा मिल गई मंजिल मुझे आपकी नजरों ने समझा भी सुना दो जी हमें मंजूर है आपका ये फैसला जी हमें मंजूर है आपका ये फैसला कह रही है हर नजर बंदा पर शुक्रिया हस के अपनी जिंदगी में कर ली आशा मिल मुझे दिल की धड़कन ठहर जा मिल गई मंजिल मुझे आपकी नज़रों ਬਹੁਤ ਸੋਹਣਾ ਗਾਉਣੇ ਤੁਸੀਂ ਜਦੋਂ ਗਾਉਨੇ ਹੋ ਐ ਗੀਤ ਵਿੱਚ ਖੁੱਬ ਜਾਣੋ ਕੀ ਚੱਲਦਾ ਹੁੰਦਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਨੋਟ ਨਾ ਮਿਸ ਹੋ ਜੇ ਜਾਂ ਫਿਰ ਫੀਲ ਦੇਣ ਦੀ ਨਹੀਂ ਸਰ ਐਦਾਂ ਨਹੀਂ ਚੱਲਦਾ ਹੁੰਦਾ ਮੈਨੂੰ ਅੰਦਰੋਂ ਹੀ Song ਦੇ ਵਿੱਚ ਇੱਕ ਫੀਲ ਆ ਰਹੀ ਹੁੰਦੀ ਹੈ ਤੇ ਆਪਣੇ ਆਪ ਆਈਜ਼ ক্লোਜ਼ ਹੋ ਜਾਂਦੀਆਂ ਨੇ ਤੇ ਮੈਂ Song ਦੇ ਵਿੱਚ ਹੀ ਖੁੱਬ ਜਾਣੀ ਆ ਅੱਛਾ ਹਰਲੀਨ ਬਹੁਤ ਛੋਟੀ ਉਮਰ ਤੁਸੀਂ ਇਧਰ 뮤직 ਵੱਲ ਨੂੰ ਕਿਵੇਂ ਮੈਂ ਸਰ ਪਹਿਲੀ ਵਾਰ ਸੈਕਿੰਡ ਕਲਾਸ ਦੇ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਤੇ ਉੱਥੇ ਮੈਂ ਪਰਫਾਰਮ ਕੀਤਾ ਸੀ ਤੇ ਜਿਹੜੇ ਮੇਰੇ ਮੇਰੇ 뮤జిక్ ਸਰ ਜਿਹੜੇ ਟੀਚ ਕਰਦੇ ਸੀਗੇ ਤੇ ਉਹਨਾਂ ਨੇ ਮੇਰੀ ਫਸਟ ਟਾਈਮ ਵੌਇਸ ਸੁਣੀ ਸੀਗੀ ਤੇ ਉਹਨਾਂ ਨੇ ਫਿਰ ਨਾ ਮੇਰੇ ਘਰੇ ਫੋਨ ਕੀਤਾ ਸੀ ਵੀ ਇਹ ਬਹੁਤ ਸੋਹਣਾ ਗਾਉਂਦੀ ਆ ਤੇ ਜਦੋਂ ਮੇਰੇ ਪੇਰੈਂਟਸ ਨੇ ਮੇਰੀ ਵੌਇਸ ਸੁਣੀ ਤਾਂ ਉਹ ਸੱਚੀ ਬਹੁਤ ਸੋਹਣਾ ਗਾ ਰਹੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਸਿੱਖਿਆ ਤਾਂ ਨਹੀਂ ਸੀ ਹਜੇ ਸਿੱਖਣਾ ਸ਼ੁਰੂ ਨਹੀਂ ਕੀਤਾ ਸੀ ਬਟ ਮੈਂ ਬਿਨਾਂ ਸਿੱਖੇ ਹੀ ਬਹੁਤ ਸੋਹਣਾ ਗਾਉਂਦੀ ਸੀ ਤੇ ਉਹ ਮੈਂ ਫਸਟ ਟਾਈਮ ਮਨਗੇਸ਼ ਕੇ ਦਾ Song ਗਾਇਆ ਸੀਗਾ ਤੇ ਸਿੱਖਣਾ ਬੜੇ ਸ਼ੁਰੂ ਕੀਤਾ ਸੀ ਹੁਣ ਫਿਰ ਸਿੱਖਣਾ ਸ਼ੁਰੂ ਕਰ ਦਿੱਤਾ ਕਿੰਨਾ ਕੋਲ ਸਰ ਪਹਿਲਾਂ ਮੈਂ ਸਿੱਖਿਆ ਸੀ ਆਪਣੇ 뮤직 ਸੈੱਟ ਤੋਂ ਹੀ ਸਿੱਖਿਆ ਸੀ ਫਿਰ ਉਹਦਾ ਟ੍ਰਾਂਸਫਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਲੁਧਿਆਣੇ ਤੋਂ ਇੱਕ ਟੀਚਰ ਆnde ਹੁੰਦੇ ਸੀਗੇ ਉਹਨੇ ਮੈਨੂੰ ਗੁਰਮਤ ਸੰਗੀਤ ਸਿਖਾਇਆ ਸੀਗਾ ਭਾਈ ਮਨਪ੍ਰੀਤ ਸਿੰਘ ਜੀ ਤੇ ਉਸ ਤੋਂ ਬਾਅਦ ਉਹਨਾਂ ਵੀ ਕੋਈ ਕੋਈ ਮਜਬੂਰੀ ਕਰਕੇ ਉਹ ਉਹ ਵੀ ਉਹਨਾਂ ਦਾ ਵੀ ਆਣਾ ਜਾਣਾ ਮਤਲਬ ਬੰਦੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੇਰੇ ਮਾਮਾ ਜੀ ਨੇ ਮੈਨੂੰ ਪੰਡਿਤ ਜੋ ਚੱਕਰਵਰਤੀ ਜੀ ਦੇ ਸਟੂਡੈਂਟ ਸੀਗੇ ਉਹਨਾਂ ਕੋਲ ਸਿੱਖਿਆ ਸੀ ਹੋਈ ਸੀ ਬੰਗਾਲ ਤੋਂ ਤੇ ਫਿਰ ਉਹਨਾਂ ਨਾਲ ਉਹਨਾਂ ਨੇ ਮੇਰੀ ਮੁਲਾਕਾਤ ਕਰਵਾਈ ਫਿਰ ਉਹਨਾਂ ਨੇ ਮੈਨੂੰ ਸਿਖਾਇਆ ਅੱਛਾ ਸਾਉਥ ਤੋਂ ਸਿੱਖਿਆ ਬਹੁਤ ਵਧੀਆ ਅੱਛਾ ਜਿਨ੍ਹਾਂ ਨੇ ਇੱਥੇ ਤੱਕ ਇੰਟਰਵਿਊ ਸੁਣੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨਾਂ ਦੀ ਆਵਾਜ਼ ਦਾ ਤੁਹਾਨੂੰ ਸੁ plexਾ ਪੈ ਰਿਹਾ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਸ੍ਰਿੰਦਰ ਕੌਰ ਜੀ ਹੈ ਨਾ ਸੁਣਦੇ ਹੋ ਉਹਨਾਂ ਨੂੰ ਉਹਨਾਂ ਬਾਰੇ ਉਹਨਾਂ ਦਾ ਕੋਈ ਗੀਤ ਸੁਣਿਆ ਜੇ ਸੁਣਿਆ ਤਾਂ ਜ਼ਰੂਰ ਸੁਣਨਾ ਹਾਂਜੀ ਹਾਂਜੀ ਸੁਣਦੀਆਂ ਮੈਂ ਤੇ ਇਹਦਾ ਮੇਰਾ Song ਇੱਕ ਮੇਰੀ ਅੱਖ ਕਾਸ਼ਮੀ ਹਾਂ ਇੱਕ ਮੇਰੀ ਅੱਖ ਕਾਸ਼ਮੀ ਹਾਂ ਇੱਕ ਮੇਰੀ ਅੱਖ ਕਾਸ਼ਮੀ ਦੂਜਾ ਰਾਤ ਦੇਉ ਨੀਂਦ ਰੇ ਨੇ ਮਾਰਿਆ ਸ਼ੀਸ਼ੇ ਉਤਰੇੜ ਪੈ ਗਈ ਵਾਲੂ ਵੰਦੀ ਨੇ ਧਿਆਨ ਜਦੋਂ ਮਾਰਿਆ ਨੀਂਦ ਕਿ ਮੇਰੀ ਅੱਖ ਕਾਸ਼ ਨੇ ਨੀ ਇੱਕ ਮੇਰੀ ਸਾਸ ਨੀ ਬੁਰੀ ਪੈੜੀ ਰੋਹੀ ਦੇ ਕਿ ਕਰ ਤੂੰ ਕਾਲੀ ਗਲ ਇਕੱਠੇ ਵੀਰ ਪੁੱਨ ਦੇ ਨਿਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ ਨੀਉਦਾ ਕਿਡਾ ਚੰਦਰੀ ਦਾ ਕਿਹੜਾ ਚੰਦਰੀ ਦਾ ਨੀ ਮਲਾਚੀਆਂ ਦਾ ਬਾਗ ਉਜਾੜਿਆ ਨੀ ਇੱਕ ਮੇਰੀ ਅੱਖ ਕਾਸ਼ ਨੀ ਬਹੁਤ ਸੋਹਣਾ ਇੱਕ ਨਾ ਮੂਵੀ ਐਸੀ ਬਾਜਰੀ ਦਾ ਸੱਟਾ ਹਰਲੀਨ ਕੌਰ ਮੈਨੂੰ ਲੱਗਦਾ ਕਿ ਉਹਦਾ ਕਰੈਕਟਰ ਤੁਸੀਂ ਦੇਖੀ ਮੂਵੀ ਉਹ ਉਹੋ ਜਿਹਾ ਤੁਸੀਂ ਹਨ ਅੱਛਾ ਤਾਂ ਜਿਵੇਂ ਸਾਉਥ ਤੋਂ ਤੁਸੀਂ ਗੀਤ ਸਿੱਖਿਆ ਸਾਉਥ ਵਾਲੇ ਗਾ ਵੀ ਲੈਨੇ ਹੋ ਹਾਂਜੀ ਸਾਊਥ ਇੰਡੀਆ ਦੀ ਮੂਵੀਜ਼ ਉਹਦੇ ਐਕਟਰ ਸਿੰਗਰਸ ਤੇ ਬਹੁਤ ਇੰਟਰਸਟ ਹੈ ਮਤਲਬ ਪੰਜਾਬੀ ਤੇ ਸੁਣਦੀ ਆਂ ਆ ਉਹਦੇ ਨਾਲ-ਨਾਲ ਮੈਂ ਤਮਿਲ ਤਮਿਲ ਵਗੈਰਾ ਹੋਰ ਲੈਂਗੁਏਜਸ ਤੇ ਲਿਗੂ ਬੰਗਾਲੀ ਉਹ ਮੈਂ ਸੁਣਦੀ ਰਹਿੰਦੀ ਆਂ ਤਮਿਲ ਚ ਜ਼ਿਆਦਾ ਇੰਟਰਸਟ ਹੈ ਦੇਖੋ ਪੁਸ਼ਪਾ ਮੂਵੀ ਆਈ ਸੀ ਉਹਦਾ ਕੋਈ ਗੀਤ ਸੁਣਾਉਂਦਾ ਹੁੰਦਾ ਕੋਈ ਪਰ ਸੁਣਾਉਣਾ ਹਿੰਦੀ ਚ ਨਹੀਂ ਉਹ ਉਧਰ ਦੀ ਭਾਸ਼ਾ ਹਾਂਜੀ ਤੇਲਗੂ ਚ ਸ਼੍ਰੀਵल्ली ਸੁਣਾਉਂਗੀ ਨੀਨੋ ਚੋਸਤੂ ਉਂਟੇ ਕੰਨੂਲੂ ਰਿੰਡੂ ਤਿੱਪੇਸਤਾਵੇ നീ ചൂപ്പ കപ്പേ കനിപേ ചൂ കണ്ണു കാടേ ബംഗാരണിക്കൂപേ ബംഗ ਹੋਵੇ ਨਵਰਤਨਾ ਮਾਇਮੇ ਵਾ 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 ਬਹੁਤ ਸੋਹਣੇ ਪੰਜਾਬ ਦੇ ਗਾਇਕ ਪਹਿਲਾਂ ਗਾਉਂਦੇ ਨੇ ਫਿਰ ਪੰਜਾਬੀ ਫਿਲਮਾਂ 'ਚ ਆਉਂਦੇ ਨੇ ਤੁਸੀਂ ਬੜਾ ਵੱਡਾ ਪਲਾਨ ਬਣਾਇਆ ਸਿੱਧਾ ਸਾਊਥ 'ਚ ਜਾਓਗੇ ਹਾਂਜੀ ਕਿ ਸਾਊਥ ਇੰਡੀਆ 'ਚ ਮਤਲਬ ਕੀ ਇਦਾਂ ਲੱਗਦਾ ਕਿ ਜਿਵੇਂ ਕੋਈ ਰਿਲੇਸ਼ਨ ਹੁੰਦਾ ਕਿ ਘਰੇ ਤਾਂ ਕੋਈ ਨਹੀਂ ਗਾਉਂਦਾ ਇਦਾਂ ਦੇ ਪਿੱਛੇ ਪਹਿਲਾਂ ਕੋਈ ਗਾਉਂਦਾ ਸੀਗਾ ਤੇ ਮੈਂ ਹੀ ਸੁਣਨ ਲੱਗੀਆਂ ਸਾਊਦੀਆ ਮੂਵੀਜ਼ ਅੱਛੀਆਂ ਲੱਗਦੀਆਂ। ਹਾਂਜੀ ਸਾਊਦੀਆ ਮੂਵੀਜ਼ ਸੁਧੀਆਂ ਹੁੰਦੀਆਂ ਨੇ ਬਹੁਤ ਤੇ ਵਧੀਆ ਮੈਸੇਜ ਵੀ ਦਿੰਦੀਆਂ ਨੇ ਇਹ ਜੀ ਇਹ ਜੀ ਮੂਵੀਜ਼ ਬਣਾਉਂਦੇ ਨੇ ਉਹ। ਫਿਰ ਜਦੋਂ ਤੁਸੀਂ ਗੀਤ ਸਿੱਖਣਾ ਸ਼ੁਰੂ ਕੀਤਾ ਰਾਗ ਵਗੈਰਾ ਸਾਰੀਆਂ ਚੀਜ਼ਾਂ ਸੌਖੀਆਂ ਸਮਝ ਲੱਗੀਆਂ ਜਾਂ ਤੁਹਾਡਾ ਹੁਣ ਪਸੰਦੀਦਾ ਰਾਗ ਦੀ ਗੱਲ ਕਰਾਂ ਕਿਹੜਾ? ਮੇਰਾ ਰਾਗ ਪੈਰਵ। ਹਾਂਜੀ। ਪੈਰਵ ਤੇ ਮੈਂ ਵੈਸਤਾ ਮੈਂ ਪੈਰਵ ਉਂਝ ਰਿਆਜ਼ ਟਾਈਮ ਮੈਂ ਉਹਨੂੰ ਯੂਜ਼ ਕਰਦਾ ਜਿਵੇਂ ਕੀ ਦੇ ਪ੍ਰਯਾਸ ਕਰਦੇ ਆਂ। ਉਹ ਉਹ ਉਹਦੇ ਇੱਕ ਮਾਹੌਲ ਬਣਾ ਕੇ ਉਹਦੇ ਵਿੱਚ ਮੈਂ ਰਿਆਜ਼ ਕਰਦੀ ਆਂ ਉਹ ਮੈਂ ਦਰਬਾਰੀ ਦੇ ਵਿੱਚ ਮਤਲਬ ਗਾਨੀਆਂ اچھا ਜਿਹੜਾ ਤੁਸੀਂ ਮਾਹੌਲ ਬਣਾਉਣ ਦੀ ਗੱਲ ਕੀਤੀ ਸੰਗੀਤ 'ਚ ਇੱਕ ਗੱਲ ਕਿਹਾ ਜਾਂਦਾ ਹੈ ਕਿ ਜਦੋਂ ਪੂਰਾ ਮਾਹੌਲ ਬਣਿਆ ਹੁੰਦਾ ਹੈ ਅਸੀਂ ਖੁੱਬੇ ਹੁੰਨੇ ਆ ਤਾਂ ਉਸ ਪਰਮਾਤਮਾ ਦੀਆਂ ਉਸ ਸ਼ਕਤੀ ਦਾ ਕਿੰਨਾ ਕਿਤੇ ਫੀਲ ਜ਼ਰੂਰ ਹੁੰਦਾ ਹੈ ਕਦੀ ਫੀਲ ਹੋਈਆਂ ਹਾਂਜੀ ਮਤਲਬ ਕਹਿੰਦੇ ਨੇ ਕਿ ਸੰਗੀਤ ਇਹ ਜਾਂ ਵੇ ਹੈ ਜਿਸ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਤੇ ਮਤਲਬ ਕਿ ਜਦੋਂ ਵੀ ਮੈਂ ਰਿਆਜ਼ ਕਰਦੀ ਆ ਕੋਈ ਵੀ ਸੌਂਗ ਗਾਨੀ ਆ ਕੋਈ ਵੀ ਕੰਪੋਜੀਸ਼ਨ ਹੋਵੇ ਉਹ ਮੇਰੇ ਨਾ ਅੰਦਰ ਮਤਲਬ ਇੱਕ ਤਰ੍ਹਾਂ ਦੀ ਬਸ ਜਾਂਦੀ ਹੈ ਇੱਕ ਇੱਕ ਮੈਪ ਤਿਆਰ ਹੋ ਜਾਂਦਾ ਦਿਮਾਗ 'ਚ ਤੇ ਇੱਕ ਮਤਲਬ ਜਦ ਮੈਂ ਰਿਆਜ਼ ਕਰਦੀ ਆ ਉਦੋਂ ਮੈਂ ਖੁਬ ਜਾਨੀਆ ਪੂਰਾ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਮਤਲਬ ਕਿੰਨਾ ਟਾਈਮ ਹੋ ਗਿਆ ਮੇਨ ਰਿਆਜ਼ ਕਰਦੀ ਨੂੰ ਜਦ ਇਹਦਾ ਹੋਇਆ ਕਿ ਰਿਆਜ਼ ਕਰਦੀ ਕਿੰਨਾ ਸਮਾਂ ਹੋ ਗਿਆ ਹਾਂਜੀ ਇੱਕ ਮੈਂ ਇੱਕ ਵਾਰ ਮੈਨੂੰ 3 ਘੰਟੇ ਹੋ ਗਏ ਸੀ ਮੈਨੂੰ ਪਤਾ ਨਹੀਂ ਲੱਗਿਆ ਸੀ ਤੇ ਮੇਰਾ ਮਤਲਬ ਕਿਲਾ ਬੈਠ ਗਿਆ ਸੀ ਦਲਾ ਮੈਟਰਨ ਤੋਂ ਇੱਕ ਸਵਾਲ ਹੋਰ ਕਿ ਇਹ ਵੀ ਚੀਜ਼ਾਂ ਤੋਂ ਰਹਿਤ ਵੀ ਆਈਸਕ੍ਰੀਮ ਨਹੀਂ ਖਾਣੀ ਠੰਡਾ ਪਾਣੀ ਗਰਮ ਪਾਣੀ ਕਿਤੇ ਇਹੋ ਜਿਹੀ ਵੀ ਤੁਸੀਂ ਕਰਦੇ ਹੋ ਨਾ ਚੱਲਦਾ ਸਿੱਧਾ ਨਹੀਂ ਸਰ ਐ ਵੈਸੇ ਤਾਂ ਮੈਂ ਖਾਂਦੀ ਆ ਪਰ ਜਦੋਂ ਕੋਈ ਕਿਤੇ ਪਰਫਾਰਮ ਕਰਨਾ ਹੈ ਫਿਰ ਉਹਦੋਂ ਪਰਹੇਜ਼ ਰੱਖਣਾ ਪੈਂਦਾ ਉਂਝ ਵੀ ਰੱਖਣਾ ਪੈਂਦਾ ਜਿੱਦਾਂ ਖੱਟੇ ਤੋਂ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਤੇ ਵੈਸੇ ਲੱਗਾ ਮਗੇਸ਼ ਕਰ ਜੀ ਕਹਿੰਦੇ ਸੀ ਵੀ ਉਹਨਾਂ ਨੇ ਕਦੇ ਪਰਹੇਜ਼ ਨਹੀਂ ਰੱਖਿਆ ਸੀ ਲਤਾ ਜੀ ਨੇ ਉਹ ਕਹਿੰਦੇ ਸੀ ਵੀ ਜਦੋਂ ਵੀ ਆਪਾਂ ਨੇ ਪਰਫਾਰਮ ਕਰਨਾ ਹੈ ਉਹ ਤੋਂ ਪਹਿਲਾਂ ਆਪਾਂ ਨੂੰ ਪਰੇਜ ਰੱਖਣਾ ਚਾਹੀਦਾ ਵੀ ਉਹ ਜੇ ਲਤਾ ਜੀ ਕਹਿੰਦੇ ਹੁੰਦੇ ਸੀ ਵੀ ਮੈਂ ਤਾਂ ਕਈ ਵਾਰੀ ਲਾਈਵ ਕਨਸਰਟ ਤੋਂ ਪਹਿਲਾਂ ਗੋਲ ਗੱਪੇ ਖਾ ਕੇ ਚਲੇ ਹਾਂਜੀ ਤੇ ਉਹ ਮਤਲਬ ਕੀ ਉਹਨਾਂ ਨੂੰ ਉਹ ਚੀਜ਼ ਪਸੰਦ ਸੀਗੀ ਤੇ ਉਹਨ ਜੋ ਕਹਿੰਦੇ ਸੀਗੇ ਵੀ ਮੈਂ ਤਾਂ ਮਤਲਬ ਕੀ ਖਾਂਦੀ ਸੀ ਵੀ ਤੁਸੀਂ ਆਪਣਾ ਜਿਹੜੇ ਵੀ ਸਿੰਗਿੰਗ ਕਰਦੇ ਨੇ ਉਹਨਾਂ ਨੂੰ ਪਰੇਜ ਰੱਖਣਾ ਚਾਹੀਦਾ ਉਹ ਮਤਲਬ ਕੀ ਉਹ ਮਿਰਚਾਂ ਵੀ ਬਹੁਤ ਖਾਂਦੀ ਸੀ ਸੋ ਇੱਕ ਉਮਰ ਚ ਛੋਟੀ ਆ ਕਈ ਆਪਾਂ ਦੇਖਦੇ ਅੱਜਕੱਲ ਸਿੰਗਰ ਇੱਕੋ ਹੀ ਜ਼ੋਨ ਚ ਗਾ ਰਹੇ ਆ ਉਹਨਾਂ ਦਾ ਪਸੰਦੀਦਾ ਜ਼ੋਨ ਆ ਪਰ ਇਹ ਜਿਹੜਾ ਟੈਲੈਂਟ ਪੰਜਾਬ ਦਾ ਆ ਰਿਹਾ ਇਹਨੇ ਤੁਹਾਨੂੰ ਹਿੰਦੀ ਗੀਤ ਵੀ ਸੁਣਾਇਆ ਇਹਨੇ ਤੁਹਾਨੂੰ ਸਾਊਥ ਵਾਲਾ ਵੀ ਸੁਣਾਤਾ ਹੈ ਨਾ ਪੰਜਾਬੀ ਵੀ ਸੁਣਾਇਆ ਪੁਰਾਣਾ ਕੋਈ ਸਾਹਤ ਵੀ ਤੁਸੀਂ ਗਾਉਣਾ ਪਸੰਦ ਕਰਦੋਂ ਜਿਵੇਂ ਸ਼ਿਵ ਕੁਮਾਰ ਬਟਾਲਵੀ ਪਾਤਰ ਸਾਹਿਬ ਹਾਂਜੀ ਸਰਜੀਤ ਪਾਤਰ ਜੀ ਦਾ ਅੰਦਰ ਲਿਖਿਆ ਹੋਇਆ Song ਅਨਸਰਾਜੀ ਜੀ ਨੇ ਗਾਇਆ ਹੋਇਆ ਕੁਝ ਕਿਹਾ ਤਾਂ ਹਨੇਰਾ ਜਗ ਵਾਹ ਵਾਹ ਬਹੁਤ ਸੋਹਣਾ ਲਿਖਿਆ ਜੀ ਸੁਣਾਓ ਫਿਰ ਇੱਕ कुछ हनेरा हा जरेगा कि मैं चुप रहा दान की गीत दी मौत इस रात जे हो गई मेरा जीना मेरे यार किंज सैन जो विदेशा च देने रोजी ले ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇਸ਼ ਵੇਦੀ ਅਗੰ ਬਾਕੀ ਕਬਰਾਂ ਦੇ ਰੁੱਖ ਹੈ ਖਜਾਬਾਂ ਦੇ ਕੁਝ ਕਿਹਾਤਾ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਬਹੁਤ ਸੋਹਣਾ ਬਹੁਤ ਸੋਹਣਾ ਇਹ ਤੁਹਾਨੂੰ ਨਾਲ ਦੀ ਨਾਲ ਕਿਉਂਕਿ ਸਾਡੀ ਉਮਰ ਛੋਟੀ ਆ ਇਹ ਲਿਟਰੇਚਰ ਸਮਝ ਵੀ ਲੱਗਦਾ ਵੀ ਅਰਥ ਆ ਕੀ ਹੈ ਇਹਦਾ ਕੀ ਕਹਿਣਾ ਚਾਹੁੰਦੇ ਹਾਂਜੀ ਸਮਝ ਲੱਗ ਜਾਂਦਾ ਹੈ ਹੋਰ ਬਟਾਲਵੀ ਸਾਹਿਬ ਨੂੰ ਵੀ ਸੁਣਾਉਂਗੀ ਹਾਂਜੀ ਉਹਦਾ ਤਾਂ ਪੀੜਾਂ ਦਾ ਫੜਾਗਾ ਹੀ ਫੇਮਸ ਹੈ ਤੇ ਉਹ ਉਹੀ ਮੈਨੂੰ ਪਸੰਦ ਆ ਪੱਠੀ ਵਾਲੀਏ ਹੋ ਪੱਠੀ ਵਾਲੀਏ ਚੁੰਬੇ دیے ਡਾਲੀਏ ਪੀੜਾਂ ਦਾ ਫਰਾਗਾ ਪੁੰਦੇ ਤੈਨੂੰ ਦੇ ਆ ਹੰਝੂਆਂ ਦਾ ਪਾੜਾ ਦੁੱਖਾਂ ਦਾ ਫਰਾਗਾ ਪੁੰਦੇ ਛੇਤੀ ਛੇਤੀ ਕਰੀਂ ਮਤ ਜਾਣਾ ਪੜੇ ਦੂਰਨੀ ਛੇਤੀ ਛੇਤੀ ਕਰੀਂ ਮਤ ਜਾਣਾ ਪੜੇ ਦੂਰਨੀ ਜਿੱਥੇ ਮੇਰੇ ਹਾਨੀਆਂ ਦਾ ਟੁਰਗੇ ਅਪੂਰਨੀ ਜਿੱਥੇ ਮੇਰੇ ਹਾਨੀ ਉਸ ਪਿੰਡ ਦਾ ਹੋਸ ਪਿੰਡ ਦਾ ਸੁਣੀਦਾ ਦਾ ਮਾੜਾ ਦੁੱਖਾਂ ਦਾ ਫਰਾਗਾ ਹੁਣ ਦੇ ਬਹੁਤ ਸੋਹਣਾ ਲਈ ਤੁਸੀਂ ਇੰਨਾ ਸੋਹਣਾ ਗੋਨ ਤੁਹਾਨੂੰ ਕਦੀ ਐਂ ਲੱਗਾ ਕਿ ਮੈਂ ਤਾਂ ਬਹੁਤ ਸੋਹਣਾ ਗੋਨ ਸਰ ਕਈ ਵਾਰ ਮੈਨੂੰ ਹੋ ਜਾਂਦਾ ਹੈ ਕਿ ਮੈਂ ਸੋਹਣਾ ਕੰਨੀਆ ਪਰ ਉਹ ਦੇ ਨਾ ਮਤਲਬ ਕਿ ਮੈਂ ਕੁਝ ਇਹ ਦੇ ਨੋਟ ਲੱਗ ਜਾਂਦੇ ਨੇ ਜਿਵੇਂ ਮੈਂ ਕੋਈ Song ਗਾ ਰਹੀ ਹੁੰਦੀ ਆ ਕਿਤੇ ਪਰਫਾਰਮ ਕਰ ਰਹੀ ਹੁੰਦੀ ਆ ਮੈਨੂੰ ਲੱਗਦਾ ਕਿ ਮੈਂ ਮੈਂ ਤਾਂ ਬਹੁਤ ਸੋਹਣਾ ਗਾ ਰਹੀ ਆ ਪਰ ਉਹਦੇ ਕੋਈ ਨੋਟ ਲੱਗ ਜਾਂਦੇ ਨੇ ਉਹ Song ਹੀ ਕਈ ਵਾਰ ਗਲਤ ਹੋ ਜਾਂਦਾ ਮਤਲਬ ਜਦੋਂ ਵੀ ਮੰਚ ਥੋੜਾ ਜਿਹਾ ਵੀ ਹੰਕਾਰ ਆਉਂਦਾ ਤਾਂ ਨਾਲ ਹੀ ਵਾਪਸ ਪੁੰਦਾ ਉੱਥੇ ਕਿ ਜਾ ਜਾਂਦਾ ਹਾਂ ਇਹ ਹੀ ਇਹ ਦੱਸ ਕਰਦੀ ਆ ਵੀ ਕਿ ਚੇਕ ਕਰੋ ਦੇ ਵੀ ਹੰਕਾਰ ਆਵੇ ਤਾਂ ਤੁਸੀਂ ਉਦੋਂ ਹੀ ਉਹਨੂੰ ਮਨ ਖਤਮ ਕਰਦੇ ਹੋ ਅੱਛਾ ਕਿਉਂਕਿ ਹੁਣ ਇਥੇ ਮਾਹੌਲ ਨਹੀਂ ਆ ਪਰ ਤੁਸੀਂ ਜ਼ਫਰਨਾਮਾ ਬਹੁਤ ਅੱਛਾ ਗਾਉਂਦੇ ਹੋ ਵੀ ਫਾਰਸੀ ਦੇ ਵਿੱਚ ਗੁਰਮਤ ਸੰਗੀਤ ਵੀ ਬਹੁਤ ਵਧੀਆ ਟੰਗਦਾ ਹਾਂਜੀ ਗੁਰਮਤ ਸੰਗੀਤ ਜਾਂ ਜ਼ਫਰਨਾਮਾ ਇਹ ਚੀਜ਼ਾਂ ਦੀਸ ਫਲਾਈ ਤੁਸੀਂ ਕਿੱਥੋਂ ਕਿ ਬਹੁਤ ਗੁੱਜੀਆਂ ਚੀਜ਼ਾਂ ਨਹੀਂ ਗੀਤ ਤਾਂ ਕੋਈ ਤਾਂ ਵੀ ਸਿੱਖਿਆ ਜਾ ਸਕਦਾ ਪਰ ਗੁਰਮਤ ਸੰਗੀਤ ਲਈ ਤਾਂ ਬਹੁਤ ਇੱਕ ਮਾਈਂਡ ਸੈਟ ਚਾਹੀਦਾ ਹੁੰਦਾ ਹਾਂਜੀ ਐਕਚੁਅਲੀ ਜਿਹੜਾ ਗੁਰਮਤ ਸੰਗੀਤ ਆ ਉਹ ਮੈਨੂੰ ਮੰਤਰੀ ਸਿੰਘ ਨੇ ਸਿਖਾਇਆ ਸੀ ਉਹ 라ਗੀ ਸੀਗੇ ਮਤਲਬ ਉਹ ਤੇ ਉਹਨਾਂ ਨੇ ਸਾਨੂੰ ਪਹਿਲਾਂ ਗੁਰਬਾਣੀ ਵਿੱਚ ਇੰਟਰਸਟ ਮਤਲਬ ਕੀ ਸਾਡਾ ਪਾਇਆ ਉਸ ਤੋਂ ਬਾਅਦ ਸਾਨੂੰ ਸਿਖਾਉਣਾ ਸ਼ੁਰੂ ਕੀਤਾ ਸੀਗਾ ਉਹਨਾਂ ਨੇ ਤੇ ਜਦੋਂ ਗੁਰਬਾਣੀ 'ਚ ਇੰਟਰਸਟ ਪੈ ਗਿਆ ਫਿਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆਂ ਜਦੋਂ ਆਪਾਂ ਉਹਨੂੰ ਫਿਰ ਉਹਨੂੰ ਗਾਉਂਦੇ ਆਂ ਉਦੋਂ ਆਪਾਂ ਨੂੰ ਇੱਕ ਧਰਜ ਪਤਾ ਹੁੰਦੀ ਨਹੀਂ ਤੇ ਇੱਕ ਆਪਣੀ ਮਾਂ ਨਾਲ ਜਿਵੇਂ ਆਪਾਂ ਨੂੰ ਉਹਨਾਂ ਨਾਲ ਪਿਆਰ ਪੈ ਗਿਆ ਹੁੰਦਾ ਤੇ ਉਹਨਾਂ ਨਾਲ ਬਹੁਤ ਅੰਦਰੋਂ ਫੀਲ ਆਉਂਦੀ ਹੈ ਇਜ਼ਾਫਰਨਾਮਾ ਜ਼ਾਇਬ ਤਾ ਗੁਰਗੋਬਿੰਦ ਸਿੰਘ ਜੀ ਵਿਦ ਤਸਾਂ ਗੁਰੂਆਂ ਬਾਰੇ ਵੀ ਪੜ੍ਹਦੀ ਰਹਿੰਦੀ ਆ ਤੇ ਉਹਦੇ ਵਿੱਚ ਮੈਨੂੰ ਇੰਟਰਸਟ ਬਹੁਤ ਹੈ ਤਾਂ ਕਰਕੇ ਗੁਰਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਵੀ ਪੜਿਆ ਸੀ ਮੈਂ ਤੇ ਸਰਤਾਜੀ ਨੇ ਸੁਣਦੀ ਹਾਂ ਉਹਨਾਂ ਨੂੰ ਤਾਂ ਉਹਨਾਂ ਨੇ ਵੀ ਗਾਇਆ ਸੀ ਤਾਂ ਕਰਕੇ ਮੈਨੂੰ ਮੈਨੂੰ ਇਦਾਂ ਸੀ ਵੀ ਮੈਂ ਇਹ ਗਾਣਾ ਹਕੀਕ ਲੈਂਗੁਏਜ 'ਚ ਇੱਕ ਉਹ ਟੰਗ ਟਵਿਸਟਿੰਗ ਜੀ ਲੈਂਗੁਏਜ ਹੈ ਨਾ ਫਾਰਸੀ ਤੇ ਮੈਨੂੰ ਉਸੇ ਇੰਟਰਸਟ ਹੈ ਤਾਂ ਕਰਕੇ ਮੈਂ ਤੁਸੀਂ ਹਰ ਤਰੀਕੇ ਦਾ ਰੰਗ ਗਾ ਰਹੇ ਹੋ ਇਹ ਬੜਾ इजीली ਕੇ ਸੋਚ ਕੇ ਲੱਗਦਾ ਨਹੀਂ ਕਿ ਤੁਸੀਂ ਆ ਵੀ ਗਾ ਲੋਗੇ ਪਰ ਬੜ ਬਖੂਬੀ ਗਾ ਜਾਂਦੇ ਹੋ ਟਾਰਗੇਟ ਕੀ ਹੈ ਮਾਈਂਡ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਸਿਰਫ ਮੈਂ ਨਾ ਸਿੰਗਰ ਬਣਨਾ ਚਾਹੁੰਦੀ ਆ ਤੇ ਇੱਕ ਆਪਣਾ ਵੱਖਰਾ ਸਟਾਈਲ ਡਿਵੈਲਪ ਕਰਨਾ ਚਾਹੁੰਦੀ ਆ ਇੰਡਸਟਰੀ ਵਿੱਚ ਮਤਲਬ ਕਿ ਜਿੰਨਾ ਤੱਕ ਮੈਂ ਜਾ ਸਕਦੀ ਆ ਤੱਕ ਜਾਣਾ ਚਾਹਦੀ ਆ ਜੇ ਸਿੰਗਰ ਬਣ ਕੇ ਐਕਟਰ ਵੀ ਆਪਣਾ ਬਣ ਜਾਓਗੇ ਨਾ ਹਾਂਜੀ ਸਾਰਾ ਕੁਝ ਕਰ ਲਾਂਗੀ ਜਾਂਦੇ ਜਾਂਦੇ ਇੱਕ ਤੇਲਗੂ ਵਾਲਾ ਗੀਤ ਹੋਰ ਸੁਣਾ ਦਿਓ

ਸੋਣਾ ਹਾਲਾਂਕਿ ਮੈਨੂੰ ਸਮਝ ਨਹੀਂ ਲੱਗੀ ਪਰ ਗੀਤ ਸੁਣ ਕੇ ਮਜ਼ਾ ਬਹੁਤ ਆਇਆ ਕਾਲਾ ਯੁੱਗ ਚੈਨਲ ਆ ਹੈਨਾ YouTube ਤੇ ਤੁਹਾਡਾ ਗੀਤ ਆਇਆ ਹੋਣ ਜਈ ਰਖੜੀ ਦਾ ਗੀਤ ਸੀਗਾ ਉਹ ਥੋੜਾ ਜਿਹਾ ਅੰਤਰਾ ਜ਼ਰੂਰ ਸੁਣਾ ਦਿਓ ਫਿਰ ਆਪਾਂ ਜੀ ਹਾਂਜੀ ਦੇ 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 ਰੱਬਾ ਮੈਨੂੰ ਇੱਕ ਸੋਹਣਾ ਵੀਰਾ ਮੰਗਦੀ ਨਾ ਮਹਿਲ ਮਨਾਰੇ ਚੋਲੀ ਪਾ ਦੇ ਇੱਕ ਹੀਰਾ ਦੇ 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 ਰੱਬਾ ਮੈਨੂੰ ਇੱਕ ਸੋਨਾ ਵੀਰਾ ਮੰਗਦੀ ਨਾ ਮਹਿਲ ਮਨਾਰੇ ਚੋਲੀ ਪਾ ਦੇ ਕੁ ਹੀਰਾ ਸੁਣਨੇ ਸੁਣਨੇ ਬਾਗ ਵਿੱਚ ਕਲੀ ਖਿਲੇ ਜਾਊਗੀ ਜ਼ਿੰਦਗੀ ਦੇ ਹਰ ਮੈਨੂੰ ਖੁਸ਼ੀ ਮਿਲ ਜਾਊਗੀ ਖੁਸ਼ੀ ਮਿਲ ਜਾਊਗੀ ਬਾਪੂ ਦੇਸ਼ਰ ਦੇ ਸਜ ਜੂ ਵੇ ਸੋਨਾ ਚੀਰਾ ਦੇ ਦੇ ਵੇ ਦੇ ਦੇ ਰੱਬਾ ਮੈਨੂੰ ਇੱਕ ਸੋਨਾ ਵੀਰਾ ਬਹੁਤ ਸੋਨਾ ਗਾਉਣੇ ਸੋ ਇਹ ਕੁੜੀ ਦੀ ਤੁਸੀਂ ਆਵਾਜ਼ ਸੁਣੀ ਇੱਕ ਕਲਾਕਾਰ ਲਈ ਸਭ ਤੋਂ ਮੁਸ਼ਕਲ ਹੁੰਦਾ ਹੈ ਕਿ ਇੱਕ ਗੀਤ ਤੋਂ ਬਾਅਦ ਜਦੋਂ ਦੂਸਰੇ ਗੀਤ ਦੀ ਫਰਮਾਇਸ਼ ਹੋਵੇ ਉਸ ਰਾਗ ਦੇ ਵਿੱਚ ਆਪਣੇ ਆਪ ਨੂੰ ਢਾਲ ਲੈਣਾ ਜਾਂ ਸੁਰ ਫੜਨਾ ਤੁਸੀਂ ਦੇਖਿਆ ਕਿ ਇੱਕ ਸਾਊਥ ਦਾ Song ਗਾਉਂਦਾ ਗੁੰਦਾ ਇੱਕਦਮ ਆਪਾਂ ਫਰਮਾਇਸ਼ ਕੀਤੀ ਹਾਲਾਂਕਿ ਜ਼ਿੰਦਗੀ ਦਾ ਤਜਰਬਾ ਥੋੜਾ ਘੱਟ ਹੈ ਤਾਂ ਕਰਕੇ ਸਵਾਲ ਵੀ ਉਹ ਜਿਹੇ ਨਹੀਂ ਪੁੱਛੇ ਕਿ ਉਹਨਾਂ ਦੇ ਜਵਾਬ ਲੈ ਸਕੀਏ ਪਰ ਸੰਗੀਤ ਦਾ ਤਜਰਬਾ ਬਹੁਤ ਵੱਡਾ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਗੀਤ ਸੁਣੀਏ ਤੇ ਇਹਦੀ ਕਲਾ ਨੂੰ ਜਿਹੜਾ ਮਾਣ ਸਕੀਏ ਸਾਡੇ ਵੱਲੋਂ ਬੈਸਟ ਵਿਸ਼ੇਸ ਹੈ ਕੁੜੀਏ ਰੱਬ ਤੇ ਨੂੰ ਬਹੁਤ ਸਾਰੀ ਤਰੱਕੀ ਦੇਵੇ ਤਾਂ ਪੰਜਾਬੀ ਜਿਹੜੇ ਚੰਗਾ ਸੰਗੀਤ ਸੁਣਨਾ ਚਾਹੁੰਦੇ ਨੇ ਇਸ ਕੁੜੀ ਦਾ ਸਾਥ ਜ਼ਰੂਰ ਦੇਣ ਤਾਂ ਕਮੈਂਟਸ ਵਿੱਚ ਜ਼ਰੂਰ ਦੱਸਿਓ ਇਹਨਾਂ ਦੀ ਆਵਾਜ਼ ਕਿਹੋ ਜਿਹੀ ਲੱਗੀ ਇਸ ਇੰਟਰਵਿਊ ਬਾਰੇ ਆਪਣੇ ਖਿਆਲ ਜ਼ਰੂਰ ਸਾਂਝਾ ਕਰਿਓ ਆਪਣੇ ਸਹੋਗੀ ਰਵੀਸ਼ੰਕਰ ਦਿਨਾਲ ਕਰੇ ਸ਼ਰਮਾ ਅੱਖਰ ਦੇ ਲੇ